ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਪਟਿਆਲਾ ਤੋਂ ਥੋੜੀ ਦੂਰ ਪੈਂਦੇ ਕਸਬਾ ਬਲਵੇੜਾ ਵਿੱਚ ਸਥਿਤ ਸਕਾਟਿਸ਼ ਇੰਟਰਨੈਸ਼ਨਲ ਸਕੂਲ ਨੂੰ ਵੈਨਸਡੇ ਟਾਈਮਜ਼ ਵੱਲੋਂ 3 ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਸਕੂਲ ਦੀ ਪ੍ਰਿੰਸੀਪਲ ਰਿਤੂ ਅਰੋੜਾ, ਨਿਸ਼ਾ ਕਾਂਸਲ ਅਤੇ ਸਕੂਲ ਦੇ ਚੇਅਰਮੈਨ ਜਤਿੰਦਰ ਕਾਂਸਲ ਨੂੰ ਦਿੱਤਾ ਗਿਆ। ਅਵਾਰਡ ਦੇਣ ਦੀ ਰਸਮ ਸਿਟੀ ਯੂਨੀਵਰਸਿਟੀ ਜਲੰਧਰ ਵਿਖੇ ਭਾਜਪਾ ਆਗੂ ਵਿਜੇ ਸਾਂਪਲਾ ਵੱਲੋਂ ਨਿਭਾਈ ਗਈ। Good evening everyone, myself Dr. Ritu Arora, Principal Scottish International School, would like to extend my warm thanks to I Punjab for covering our school live today, and as a principal, main thanks kardi haan apni management da jinhane mainu inna support kita ki main pure Punjab chon Wednesday times Shri SK Hussain ji da bahut bahut dhanwad kardi haan jinhane mainu dynamic leader youngest best principal category ch first award ditta। ਅਤੇ ਇਹ ਅਵਾਰਡ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ। ਦੋ ਆਈ ਹੈਵ ਬੀਨ ਗੈਟਿੰਗ ਦੀਜ ਅਵਾਰਡਸ ਅਰਲੀਅਰ ਆਲਸੋ ਇਨ ਮਾਈ ਲਾਈਫ, ਬਟ ਸਕਾਟਿਸ਼ ਇੰਟਰਨੈਸ਼ਨਲ ਸਕੂਲ ਲਈ ਮੈਂ ਦਿਲੋਂ ਕੰਮ ਕਰ ਰਹੀ ਹਾਂ। ਅਕੈਡਮਿਕਸ ਲਈ, ਸਪੋਰਟਸ ਲਈ, ਹੈਲਥ ਕੇਅਰ, ਐਵਰੀ ਆਸਪੈਕਟ ਆਈ ਐਮ ਵਰਕਿੰਗ ਵੈਰੀ ਥੋਰਲੀ, ਐਂਡ ਆਈ ਐਮ ਗੋਇੰਗ ਟੂ ਟੇਕ ਦਿਸ ਸਕੂਲ ਅਲੋਂਗ ਵਿਦ ਮੀ ਐਂਡ ਮਾਈ ਐਕਸਪੀਰੀਅੰਸ ਐਂਡ ਨੌਲੇਜ, ਆਈ ਐਮ ਗੋਇੰਗ ਟੂ ਟੇਕ ਦਿਸ ਸਕੂਲ ਐਟ ਦ ਟੋਪ ਆਫ ਦ ਵਰਲਡ। ਆਈ ਜਸਟ ਨੀਡ your blessings, parents' cooperation, and that's it. The rest of the confidence I have in me, thanking my management, my dear staff, and my dear students. And now, last but not the least, the best channel who's covering me for this. It is a proper way I can share my views with all the public. Thanks, iChannel, once again. Thank you. Sat Sri Akal ji, main director Nisha Kansal, Scottish International School, Balveda. First of all, I will thank iChannel for covering our school. ਅੱਜ ਜਿਹੜੀ ਇਸ ਮੀਟਿੰਗ ਦਾ ਮੇਨ ਮਕਸਦ ਇਹ ਹੈ ਕਿ ਜੋ ਸਾਡਾ ਸਕੂਲ ਹੈ ਸਕਾਟਿਸ਼ ਇੰਟਰਨੈਸ਼ਨਲ ਸਕੂਲ, ਇਹਦੇ ਹਿੱਸੇ ਦੇ ਵਿੱਚ ਕੁਛ ਜੋ ਇਸ ਦੀ ਕਾਬਲੀਅਤ ਨੂੰ ਦੇਖਦੇ ਹੋਏ ਕੁਛ ਅਵਾਰਡਸ ਆਏ ਨੇ ਬਾਈ ਗੋਡ ਗ੍ਰੇਸ, ਜਿਹਦੇ ਵਿੱਚੋਂ ਮੈਨੂੰ ਬੈਸਟ ਵੂਮਨ ਇੰਟਰਪ੍ਰਨਿਓਰ ਦਾ ਅਵਾਰਡ ਮਿਲਿਆ 2018 ਬਾਈ ਵੈਡਨੈਸ ਟਾਈਮਸ। ਇਸ ਅਵਾਰਡਸ ਦੇ ਵਿੱਚ ਖਾਸੀਅਤ ਇਹ ਹੈ ਕਿ ਇੱਕ ਲੇਡੀਜ਼ ਦੇ ਲਈ ਇਟ ਸੈਲਫ ਇੱਕ ਮੋਟੀਵੇਸ਼ਨ ਹੈ ਕਿ ਇੱਕ ਲੇਡੀ ਦੇ ਕੈਨ ਕ੍ਰੀਏਟ ਦਾ ਜੋਬਸ, ਠੀਕ ਹੈ, ਉਹ ਹਰ ਐਕਸਪੈਕਟ ਦੇ ਵਿੱਚ ਅੱਗੇ ਜਾ ਸਕਦੀ ਹੈ, ਚਾਹੇ ਉਹ ਘਰ ਦੇ ਵਿੱਚ ਹੈ, ਚਾਹੇ ਉਹ ਬਾਹਰ ਨਿਕਲ ਕੇ ਸਮਾਜ ਨੂੰ ਨਵੇਂ ਸਮਾਜ ਦੀ ਉਸਾਰੀ ਕਰਨ ਲਈ ਉਹ ਅੱਗੇ ਵੱਧ ਸਕਦੀ ਹੈ। ਇੱਕ ਨਵੇਂ ਸਮਾਜ ਦੀ ਉਸਾਰੀ ਕਰਨ ਦੇ ਲਈ ਸਭ ਤੋਂ ਵੱਡੀ ਚੀਜ਼ ਕੀ ਹੈ, ਬੱਚੇ, ਜਿਹੜਾ ਇੱਕ ਨਵੀਂ ਜਿਹੜੀ ਦੁਨੀਆ ਆਪਣੀ ਅੱਗੇ ਆਉਣੀ ਹੈ, ਨਵਾਂ ਸਮਾਜ ਆਊਗਾ, ਨਵੀਂ ਜਨਰੇਸ਼ਨ ਆਊਗੀ, ਉਹਦਾ ਜਿਹੜਾ ਇੱਕ ਬੇਸ ਹੈ ਇੱਕ ਬੱਚਾ ਹੁੰਦਾ, ਉਸ ਬੱਚਿਆਂ ਦੇ ਫਿਊਚਰ ਦੇ ਲਈ ਜੋ ਵੀ ਉਹਦੀ ਲਾਈਕ ਉਹਦੇ ਜੋ ਐਕਸਪੈਕਟਸ ਹੁੰਦੇ ਨੇ ਉਹਦੇ ਵਿੱਚ ਉਹਦੀਆਂ ਜਿਹੜੀਆਂ ਵੈਲਿਊਜ਼ ਕੀ ਹੁੰਦੀਆਂ ਨੇ, ਉਹਦੀ ਜੋ ਉਹਦੀਆਂ ਰੀਅਲ ਵੈਲਿਊਜ਼ ਹੁੰਦੀਆਂ ਨੇ, ਰੀਅਲ ਨੀਡਸ ਹੁੰਦੀਆਂ ਨੇ, ਉਹ ਹੁੰਦੀਆਂ ਨੇ ਉਹਦੀ ਹੈਲਥ, ਉਹਦੀ ਐਜੂਕੇਸ਼ਨ, ਉਹਦੀ ਮੋਰਲ ਵੈਲਿਊਜ਼, ਅਸੀਂ ਉਹਨਾਂ 'ਤੇ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਉਸ ਲਈ ਸਾਨੂੰ ਸਾਰੇ ਪੇਰੈਂਟਸ ਦੇ ਸਾਥ ਦੀ ਜ਼ਰੂਰਤ ਹੈ। ਆਪਾਂ ਬੱਚਿਆਂ ਨੂੰ ਇੱਕ ਉਹਨਾਂ ਦੇ ਵਿੱਚ ਸਭ ਤੋਂ ਵੱਡੀ ਅੱਜ ਦੀ ਕੀ ਚੀਜ਼ ਹੈ, ਸੈਂਸ ਆਫ ਰਿਸਪੋਂਸੀਬਿਲਟੀ, ਜੋ ਮੈਨੂੰ ਲੱਗਦਾ ਕਿ ਬਹੁਤ ਘੱਟ ਪਰਸੈਂਟੇਜ ਦੇ ਵਿੱਚ ਪ੍ਰੈਜੈਂਟ ਹੈ ਸਾਰੀ ਜਨਰੇਸ਼ਨਸ ਦੇ ਵਿੱਚ। ਮੈਂ ਚਾਹੂੰਗੀ ਜਿਹੜੇ ਸਾਡੇ ਸਕਾਟਿਸ਼ ਦੇ ਬੱਚੇ ਨੇ, ਇਹਨਾਂ ਦੇ ਵਿੱਚ ਇੱਕ ਸੈਂਸ ਆਫ ਰਿਸਪੋਂਸੀਬਿਲਟੀ ਹੋਣੀ ਚਾਹੀਦੀ ਹੈ, ਤਾਂ ਕਿ ਹਰ ਚੀਜ਼ ਦੀ, ਹਰ ਕੰਮ ਦੀ, ਚਾਹੇ ਉਹ ਠੀਕ ਕੰਮ ਹੈ ਚਾਹੇ ਉਹ ਗਲਤ ਕੰਮ ਹੈ, ਉਹਦੀ ਰਿਸਪੋਂਸੀਬਿਲਟੀ ਖੁਦ ਲੈਣ। ਉਸ ਤੋਂ ਇਲਾਵਾ ਇਸ ਸਕੂਲ ਦੇ ਵਿੱਚ ਬੱਚੇ ਦੀ ਉਹਦੀ ਹੈਲਥ ਦੇ ਲਈ, ਬੱਚੇ ਦੀ ਗਰੋਥ ਦੇ ਲਈ, ਬੱਚੇ ਦੀ ਸਟੱਡੀਜ਼ ਲਈ, ਬੱਚੇ ਦੇ ਫਿਊਚਰ ਦੇ ਲਈ
ਹਰ ਉਹ ਕੰਮ ਕੀਤਾ ਜਾ ਰਿਹਾ ਜੋ ਬੱਚੇ ਇੱਕ ਬੱਚੇ ਨੂੰ ਨਵਾਂ ਸੁਸਾਇਟੀ ਨੂੰ ਜਨਰੇਟ ਕਰਨ ਲਈ ਉਹਦਾ ਸਾਥ ਦੇ ਸਕੇ। ਧੰਨਵਾਦ। ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ? ਸਰ ਬਹੁਤ ਅੱਛਾ ਲੱਗ ਰਿਹਾ। ਇਹ ਮੈਨੂੰ ਇਹ ਲੱਗ ਰਿਹਾ ਕਿ ਮੇਰੇ ਲਈ ਨਹੀਂ ਹੈ, ਜਿੰਨੇ ਵੀ ਸਾਡਾ ਸਟਾਫ ਹੈ ਉਹਨਾਂ ਵਿੱਚ ਜਿਹੜੇ ਫੀਮੇਲ ਨੇ ਉਹਨਾਂ ਸਾਰਿਆਂ ਲਈ ਹੈ। ਇਹ ਇੱਕ ਫੀਮੇਲ ਨੂੰ ਬੈਸਟ ਐਂਟਰਪ੍ਰਨਿਓਰ ਦਾ ਅਵਾਰਡ ਮਿਲਣਾ, ਦੈਟ ਇਜ਼ ਵੈਰੀ ਗ੍ਰੇਟ ਅਚੀਵਮੈਂਟ ਫੀਮੇਲਸ ਲਈ। ਮਤਲਬ ਇਹ ਡੈਡੀਕੇਟ ਮੈਂ ਜਿਹੜਾ ਅਵਾਰਡ ਹੈ ਕਰਦੀ ਹਾਂ ਆਪਣੇ ਸਟਾਫ ਨੂੰ, ਮੇਰੇ ਸਕੂਲ ਦੇ ਵਿੱਚ ਜਿੰਨੇ ਅਸੀਂ ਫੀਮੇਲ ਸਟਾਫ ਹੈ ਸਾਰਿਆਂ ਲਈ ਹੈ ਇਹ। ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ, ਮੈਂ ਜਤਿੰਦਰ ਕਾਂਸਲ, ਚੇਅਰਮੈਨ ਸਕਾਟਿਸ਼ ਇੰਟਰਨੈਸ਼ਨਲ ਸਕੂਲ। ਸਭ ਤੋਂ ਪਹਿਲਾਂ ਆਈ ਪੰਜਾਬ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਸਾਨੂੰ ਅੱਜ ਲਾਈਵ ਕਵਰੇਜ ਦਿੱਤੀ ਹੈ ਅਤੇ ਸਾਡੇ ਲਈ ਆਪਣਾ ਬਹੁਤ ਬਹੁਮੁੱਲੇ ਸਮੇਂ ਕੱਢਿਆ। ਅਤੇ ਅੱਜ ਦੇ ਦਿਨ ਸਕਾਟਿਸ਼ ਇੰਟਰਨੈਸ਼ਨਲ ਸਕੂਲ ਜੋ ਕਿ ਅਸੀਂ ਪਿਛਲੇ ਸਾਲ ਹੀ ਸ਼ੁਰੂ ਕੀਤਾ ਹੈ ਅਤੇ ਅਸੀਂ ਬਹੁਤ ਹੀ ਛੇਤੀ ਇਸ ਨੂੰ ਬਹੁਤ ਉੱਚੀਆਂ ਮੰਜ਼ਿਲਾਂ 'ਤੇ ਲੈ ਜਾ ਚੁੱਕੇ ਹਾਂ। ਵੈਡਨਸਡੇ ਟਾਈਮ ਨੇ ਪੰਜਾਬ ਦੇ ਪੂਰੇ ਸਕੂਲਸ ਨੂੰ ਗੁਜਰਾਤ, ਪੁਣੇ ਅਤੇ ਹਰਿਆਣਾ ਦੇ ਸਟੇਟਸ ਦੇ ਵਿੱਚ ਕਾਫੀ ਰਿਸਰਚ ਕਰਨ ਤੋਂ ਬਾਅਦ, ਅਰਾਊਂਡ 1400 ਸਕੂਲ ਵਿਜ਼ਿਟ ਕਰਨ ਤੋਂ ਬਾਅਦ ਉਹਨਾਂ ਨੇ ਸਾਡੇ ਸਕੂਲ ਦੇ ਵਿੱਚ 3 ਅਵਾਰਡਸ ਦਿੱਤੇ ਨੇ, ਜਿਹੜਾ ਕਿ ਪਹਿਲਾ ਅਵਾਰਡ ਮੈਨੂੰ ਪਰਮਾਤਮਾ ਦੀ ਕਿਰਪਾ ਨਾਲ ਮਿਲਿਆ ਜੋ ਕਿ ਬੈਸਟ ਐਂਟਰਪ੍ਰਨਿਓਰ ਦਾ ਅਵਾਰਡ ਮਿਲਿਆ, ਅਤੇ ਸੈਕਿੰਡ ਅਵਾਰਡ ਸਾਡੇ ਡਾਇਰੈਕਟਰ ਮੇਰੇ ਵਾਈਫ ਨਿਸ਼ਾ ਕਾਂਸਲ ਨੂੰ ਮਿਲਿਆ ਜੋ ਕਿ ਵੁਮੈਨ ਐਂਟਰਪ੍ਰਨਿਓਰ ਦਾ ਅਵਾਰਡ ਹੈ, ਜੋ ਇੱਕ ਅੱਜ ਦੇ ਲਈ ਲੇਡੀਜ਼ ਦੇ ਲਈ ਇੱਕ ਚੈਲੰਜ ਹੁੰਦਾ ਹੈ, ਉਸ ਚੈਲੰਜ ਨੂੰ ਓਵਰਕਮ ਕਰਕੇ ਉਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਅਤੇ ਸਾਡਾ 3rd ਅਵਾਰਡ ਅਤੇ ਜੋ ਕਿ ਸਭ ਤੋਂ ਪ੍ਰੀਸ਼ੀਅਸ ਅਵਾਰਡ ਹੈ, ਸਾਡੇ ਪ੍ਰਿੰਸੀਪਲ ਨੂੰ ਯੰਗੈਸਟ ਪ੍ਰਿੰਸੀਪਲ ਦੇ ਡਾਇਨਮਿਕ ਲੀਡਰ ਦਾ ਅਵਾਰਡ ਮਿਲਿਆ ਜੋ ਕਿ ਪੰਜਾਬ ਦੇ ਵਿੱਚ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ। ਡਾਕਟਰ ਰਿਤੂ ਅਰੋੜਾ ਦਿੱਲੀ ਤੋਂ ਸਪੈਸ਼ਲ ਸਾਡੇ ਕੋਲ ਨੇ, ਉਹ ਸਾਡੇ ਸਕੂਲ ਨੂੰ ਬਹੁਤ ਹੀ ਆਪਣੇ ਐਕਸਪੀਰੀਅੰਸ ਸ਼ੇਅਰ ਕਰ ਰਹੇ ਨੇ, ਅਤੇ ਨਾਲ ਸਾਡੀ ਮੈਂ ਮੈਨੇਜਮੈਂਟ ਦਾ ਧੰਨਵਾਦ ਕਰਦਾ, ਸਾਡੇ ਟੀਚਰਸ ਦਾ ਜਿਨ੍ਹਾਂ ਨੇ ਆਪਣਾ ਸਮੇਂ ਸਾਨੂੰ ਦਿੱਤਾ ਅਤੇ ਆਪਣੀ ਬਹੁਤ ਹਾਰਡ ਵਰਕ ਦੇ ਨਾਲ ਅਸੀਂ ਇਸ ਮੁਕਾਮ 'ਤੇ ਪਹੁੰਚੇ ਹਾਂ। ਬਲਵੇੜਾ ਤੋਂ ਗੁਰਜੀਤ ਸਿੰਘ ਉਲਟਪੁਰ ਦੇ ਨਾਲ ਜਸਪ੍ਰੀਤ ਸਿੰਘ ਦੀ ਰਿਪੋਰਟ। Thank you.